ਅਸਲਾਮੁਆਲੇਕਮ ਨਾਜ਼ਰੀਨ ਅਸੀਂ ਮੌਜੂਦ ਹਾਂ ਇੱਕ ਐਸੇ ਨਰਸਰੀ ਫਾਰਮ ਦੇ ਵਿੱਚ ਜਿੱਥੇ ਪਪੀਤਾ ਦੀ ਇੱਕ ਨਾਇਆਬ ਕਿਸਮ ਦੀ ਜਨਾਬ ਨਰਸਰੀ ਤਿਆਰ ਹੋ ਚੁੱਕੀ ਹੈ ਔਰ ਸਾਡੇ ਨਾਲ ਇਥੋਂ ਦੇ ਆਨਰ ਮੌਜੂਦ ਨੇ ਅਸਲਾਮੁਆਲੇਕਮ ਜੀ ਵਾਅਲਕੁਮ ਸਲਾਮ ਆਪਣਾ ਨਾਮ ਦੱਸੋ ਜੀ ਮੁਹੰਮਦ ਅਨਵਾਰ ਅਨਵਾਰ ਸਾਹਿਬ ਕਿਹੜਾ ਇਲਾਕਾ ਹੈ ਇਹ ਲੰਗੋਵਾਲ ਚੱਕ ਨੰਬਰ 28 ਮੜ ਬਰੋਚਾ ਤੋਂ ਸ਼ਾਹਕੋਟ ਰੋਡ ਐ ਅੰਬਾ ਦੀ ਸੜਕ ਆਲ ਮਰੂਫ ਅੰਬਾ ਦੀ ਸੜਕ ਠੀਕ ਹੈ ਤੇ ਇਹ ਜਿਹੜੇ ਤੁਸੀਂ ਲਾਇਆ ਹੈ ਨਾ ਪਪੀਤੇ ਦੀ ਨਰਸਰੀ ਇਹ ਕਿਹੜੀ ਵੈਰੈਟੀ ਹੈ ਇਹ ਯੈਲੋ ਕਿੰਗ ਹੈ yellow king ਇਹਦੇ ਵਿੱਚ ਕਿਹੜੇ ਕਿਹੜੀ ਵੈਰਾਈਟੀ ਹੁੰਦੀ ਹੈ ਵੈਸੇ ਇਹਦੇ ਵਿੱਚ ਹੈਗਾ ਰੈੱਡ ਕਿੰਗ ਤੇ yellow king ਦੋ ਹੀ ਵੈਰਾਈਟੀਆਂ ਨੇ ਦੋ ਵੈਰਾਈਟੀਆਂ ਨੇ ਔਰ ਇਹ ਸਾਡੇ ਇਸ ਪੰਜਾਬ ਦੇ ਗਰਮ ਇਲਾਕਿਆਂ ਚ ਕਾਮਯਾਬ ਹੈ ਇਹ ਪੰਜਾਬ ਦੇ ਗਰਮ ਲਾਗੇ ਦੀ ਕਾਮਯਾਬ ਬਿਲਕੁਲ ਸਾਡੇ ਤੇ ਇੱਥੇ ਵਾਇਰਸ ਵੀ ਨਹੀਂ ਪੈਂਦੀ ਤੇ ਅਸੀਂ ਆ ਲਾਣ ਲੱਗੇ ਆ ਤੇ ਇਹ ਆਸਾਨਾ ਬੀ ਮੰਗਵਾਇਆ ਬਾਰੋਂ ਤਾਈਵਾਨ ਚੋਂ ਅੱਛਾ ਤਾਈਵਾਨ ਦਾ ਬੀਜ ਹੈ ਤਾਈਵਾਨ ਦਾ ਬੀਜ ਹੈ ਤੇ ਇਹ ਲਿਆ ਆ ਵਾ ਫਤਿਆਣਿਆਂ ਕੋਲੋਂ ਇਹਦੀ ਪਨੀਰੀ ਨਰਸਰੀ ਕਰਕੇ ਤਿਆਰ ਵੇਚਨੇ ਆ ਠੀਕ ਹੈ ਤੇ ਇਹ ਆਪਣੇ ਨਾਲ ਤੇ ਆਪਣੇ ਆਪ ਨੇ ਲਾਉਣ ਲੱਗੇ ਦੋ ਇੱਕ ਅੱਛਾ ਆਪਣਾ ਮਾਸ਼ਾਅੱਲਾ ਤੁਸੀਂ ਜਿਹੜੇ ਵੀ ਨਰਸੀ ਲਾ ਰਹੇ ਹੋ ਪਹਿਲੇ ਤੁਸੀਂ ਆਪ ਤਿਆਰ ਕਰ ਰਹੇ ਹੋ ਤੇ ਫਿਰ ਤੁਸੀਂ ਸੇਲ ਕਰ ਰਹੇ ਹੋ ਤਜਰਬਾ ਕਰ ਰਹੇ ਹੋ ਪਹਿਲਾਂ ਤਜਰਬਾ ਆਪਣਾ ਵੀ ਇੱਕ ਕੀ ਮਤਲਬ ਪੈਦਾਵਾਰ ਦਿੰਦਾ ਕੀ ਹਿਸਾਬ ਹੈ ਕਿੰਨੇ ਪੌਦੇ ਲੱਗਦੇ ਨੇ ਡ੍ਰਿਪ ਤੇ ਲਾਉਣ ਲੱਗਿਆਂ ਡ੍ਰਿਪ ਸਿਸਟਮ ਤੇ ਅੱਛਾ ਹਾਂਜੀ ਅੱਛਾ ਆਪਣਾ ਫੋਨ ਨੰਬਰ ਦੱਸੋ ਜੇਰਾ ਅਗਰ ਕੋਈ ਦੋਸਤ ਲੈਣਾ ਚਾਹਵੇ ਤਾਂ 03003200 ਠੀਕ ਹੈ 03003200 ਹਾਂਜੀ ਤੇ ਦੂਇ ਨੰਬਰ ਤੇ ਵੀ ਦੱਸੋ ਭਾਈ ਇਹ ਕਿੰਨੇ ਅਸੇ ਤਿਆਰ ਹੋ ਜਾਂਦਾ ਬੋਲ ਇਹ ਜਿਹੜਾ ਨਾ ਇਹ ਹੁਣ ਅਸਾ 15 ਅਕਤੂਬਰ ਜੀ 15 ਅਕਤੂਬਰ ਤੋਂ ਲੈ ਕੇ ਨਾ ਤੇ ਇਹਨੇ ਅਪ੍ਰੈਲ ਮਈ ਜੂਨ ਜੁਲਾਈ ਚ ਲੈਣਾ ਸ਼ੁਰੂ ਕੀਤਾ ਅੱਛਾ ਇਹ ਕਿੰਨੇ ਬਣਿਆ ਮਹੀਨੇ 8 ਅਠਾ ਮਹੀਨਾ ਬਾਅਦ ਅਠਾ ਮਹੀਨਾ ਚ ਫਰੂਟ ਤੇ ਆ ਜਾਂਦਾ ਹੈ ਹਾਂਜੀ ਹਾਂਜੀ ਲਓ ਜੀ ਮਾਸ਼ਾਅੱਲਾ ਬੜੀ ਗੱਲ ਹੈ ਲਓ ਜੀ ਇਹ ਜਨਾਬ ਉਹ ਪਪੀਤਾ ਤੇ ਪਪੀਤੇ ਦਾ ਰੇਟ ਮੁਨਾਫਾ ਬਖਸ਼ ਹੈ ਅਸੀਂ ਆਨੇ ਵੀ ਇਹ ਕਦੀ 2000 ਰੁਪਏ ਮੰਨ ਵੇਚਦੇ ਨਾ ਐਸੇ ਰੇਟ ਜਿਹੜਾ ਬਾਜ਼ਾਰ ਵਿੱਚ ਜਿਹੜੇ ਰੇੜੀਆਂ ਵਾਲੇ ਵੇਚਦੇ ਨੇ ਉਹ 300 250 ਰੁਪਏ ਕਿਲੋ ਵੇਚਦੇ ਨੇ ਅੱਛਾ ਕਹਿੰਦੇ ਅਗਰੇ 50 ਰੁਪਏ ਵੀ ਕਿਲੋ ਵੇਚਦੇ ਨੇ 50 ਰੁਪਏ ਵੀ ਕਿਲੋ ਇੱਕ ਬੁੱਢੇ ਨੂੰ ਦੋ ਮਣ 70 ਤੋਂ 80 ਦਾਣੇ 50 ਤੋਂ 60 ਦਾਣੇ 100 ਦਾਣੇ ਤੱਕ ਵੀ ਹੈ ਮਾਸ਼ਾ ਇਹ ਤਾਂ ਫਿਰ ਲੱਖਾਂ ਦੇ ਵਿੱਚ ਬਚਾ ਤੇ ਹਕੀਕਤ ਹੈ ਇਹ ਨਹੀਂ ਜਿਹੜੇ ਮੇਰਾ ਜਿਹੜਾ ਘਾਟ ਤੋਂ ਘਾਟ ਰਿਹਾ ਮੇਰਾ ਅੱਜ ਇਸ ਨਜ਼ਰੀਏ ਤੇ ਅਸੀਂ ਲੌਣ ਲਗੇ ਇਨਸ਼ਾ ਅੱਲਾਹ 800 800 ਪੌਦਾ ਲੱਗਣਾ ਜੇ ਅਗਰ 2000 ਪੌਦਾ ਬਚਾਇਗਾ ਤੇ 16 ਲੱਖ ਦਾ ਇਨਸ਼ਾ ਅੱਲਾਹ ਹੋਏਗਾ ਕਿੰਨਾ ਵਾਹ ਜੀ ਬਸ 16 ਲੱਖ ਰੁਪਇਆ ਫੀ ਏਕੜ ਇਨਸ਼ਾ ਅੱਲਾਹ ਘਾਟ ਤੋਂ ਘਾਟ ਰਿਹਾ ਹੈ ਘਾਟ ਤੋਂ ਘਾਟ ਕੀ 900 ਰੁਪਏ ਕਿਲੋ 50 ਰੁਪਏ ਕਿਲੋ ਹਾਲਾਂਕਿ ਲੱਭਦਾ ਨਹੀਂ ਹੈ 50 ਰੁਪਏ ਕਿਲੋ 100 ਰੁਪਏ ਰਿਹੜੀਆਂ ਲੱਭਦਾ ਹੈ ਇਹ ਅੱਜਕੱਲ ਜਿਹੜਾ ਕਾਟਨ ਦਾ ਰੇਟ ਵਨ ਉਹ 12 ਕਿਲੋ ਦਾ 10000 ਤੋਂ ਲੈ ਕੇ 1800 ਰੁਪਏ ਤੱਕ ਰੇਟ ਹੈ ਜਿਹੜਾ ਮੰਡੀ 'ਚ ਰੇਟ ਹੈ ਅੱਛਾ ਜਿਸ ਭਾਈ ਨੇ ਤੁਹਾਡੇ ਕੋਲੋਂ ਅਗਰ ਏਕੜ ਲਵਾਣਾ ਦੋ ਲਵਾਣਾ ਲੇਬਰ ਵੀ ਤੁਸੀਂ ਦਿਓਗੇ ਹਾਂਜੀ ਅਸੀਂ ਹੁਣ ਦੱਸਾਂਗੇ ਤਜਰਬਾ ਵੀ ਦੱਸਾਂਗੇ ਲਾਣ ਵੀ ਦੱਸਾਂਗੇ ਕਿਉਂਕਿ ਅਸੀਂ ਵੀ ਇਹ ਤਜਰਬਾ ਕਰ ਰਹੇ ਹਾਂ ਲਾਣ ਲਗੇ ਆ ਅੱਛਾ ਅੱਗੇ ਵੇਲੇ ਸ਼ੌਕ ਤੇ ਆਸੀ ਮੈਨੂੰ ਸਾਨੂੰ 2011-12 ਦਾ ਠੀਕ ਹੈ ਤੇ ਸਾਡੇ ਕੋਲ ਹੋਣਾ ਆ ਕੇ ਪੁੱਜ ਪਈ ਹੈ ਵੀ 1 ਕਿਲਾ ਕਦੂ 1 ਕਿਲਾ ਕੇਲਾ 2 ਕਿਲੇ 11 ਲੱਖ ਰੁਪਏ ਦਾ ਸਟਰਕਚਰ ਬਣਨਾ ਹੈ ਦਾ ਅੱਛਾ ਹਾਂਜੀ ਮਾਸ਼ਾਅੱਲਾ ਬੜੀ ਕਾਮਯਾਬ ਫਾਰਮਿੰਗ ਹੈ ਪਾਕਿਸਤਾਨ ਦੇ ਵਿੱਚ ਲੋ ਜੀ ਦੋਸਤੋ ਵੀਡੀਓ ਨੂੰ ਲਾਜ਼ਮੀ ਤੁਸੀਂ ਪਸੰਦ ਕਰਨਾ ਤੇ ਪਪੀਤਾ ਅਗਰ ਤੁਸੀਂ ਲਾਣਾ ਚਾਹੁੰਦੇ ਹੋ ਮੁਕੰਮਲ ਲਵਾਣਾ ਚਾਹੁੰਦੇ ਹੋ ਲੇਬਰ ਤੱਕ ਤੁਹਾਨੂੰ ਪੂਰਾ ਤਜਰਬਾ ਇਨਸ਼ਾਅੱਲਾ ਦੇਣਗੇ ਚਾਚਾ ਅਨਵਰ ਸਾਹਿਬ ਹੋਣੀ ਔਰ ਨੰਬਰ ਸਕਰੀਨ ਤੇ ਮੌਜੂਦ ਹੈ ਤੁਸੀਂ ਰਾਬਤਾ ਕਰ ਸਕਦੇ ਹੋ ਸੰਗਲਾ ਹੈ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਮਜ਼ੀਦ ਇਹਨਾਂ ਕੋਲ ਬਹੁਤ ਚੀਜ਼ਾਂ ਵੈਰਾਈਟੀਆਂ ਨੇ ਜਿਹੜੀ ਸਾਡੇ ਚੈਨਲ ਤੇ ਇਨਸ਼ਾਅੱਲਾ ਇਹ